ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਸਭ ਦਾ ਹੋਪ ਸਾਰੇ ਹੋਣਗੇ ਵਧੀਆ ਬਣਾ ਦਿੱਤਾ ਗੁਰੀ ਲੈ ਆਇਆ ਫੇਰ ਨਵਾਂ ਵਲੋਗ ਤੇ ਅੱਜ ਦਾ ਜਿਹੜਾ ਵਲੋਗ ਹੋਣ ਵਾਲਾ ਨਾ ਥੋੜ੍ਹਾ ਮੈਨੂੰ ਡਰ ਜਿਹਾ ਵੀ ਲੱਗੀ ਜਾਂਦਾ ਕਿਉਂਕਿ ਗੱਲ ਸੀ ਗੱਲ 'ਚ ਨਾ
ਤੇ ਆ ਸ਼ਾਇਦ ਆਪਾਂ ਹੋ ਚੁੱਕੇ ਆ ਤੇ ਅੱਜ ਭਰਾ ਜਿਹੜਾ ਲਾਸਟ ਵਲੌਗ ਦੇ ਵਿੱਚ ਸਾਨੂੰ ਮਿਲਿਆ ਸੀ ਕਰਨਵ ਕਰਸ ਦੀ ਅੱਜ ਭਰਾ ਦੇ ਸਲੂਨ ਦੀ ਜਿਹੜੀ ਹੈਗੀ ਓਪਨਿੰਗ ਆ ਅਤੇ ਭਰਾ ਦਾ ਫੋਨ ਆਪਾਂ ਕੀਤਾ ਸੀਗਾ ਭਾਅ ਜੀ ਹੁਣੀ ਕਹਿੰਦੇ ਕਹਿੰਦੇ ਭਾਅ ਜੀ ਤੁਸੀਂ 10 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਓ ਅਤੇ 9:30 ਤਾਂ ਆਪਾਂ ਹੋ ਚੁੱਕੇ ਹੁਣ ਮੈਂ ਪਹਿਲਾਂ ਅਰਜੁਨ ਨੂੰ ਪਿੱਕ ਕਰਨਾ ਆ ਅਤੇ ਪੇਟ ਪੂਜਾ ਬਹੁਤ ਭੁੱਖ ਲੱਗੀ ਪਈ ਆ ਯਾਰ ਮੈਨੂੰ ਪਹਿਲਾਂ ਖਾਂਦੇ ਹਾਂ ਖਾ ਕੇ ਨਿਕਲਦੇ ਆ ਅਰਜੁਨ ਚੱਕਦੇ ਆ ਅਰਜੁਨ ਨੂੰ ਚੱਕਣ ਤੋਂ ਬਾਅਦ ਆਪਾਂ ਭਾਅ ਜੀ ਕੋਲ ਪਹੁੰਚਦੇ ਹਾਂ ਅਤੇ ਭਾਅ ਜੀ ਸਲੂਨ ਦਾ ਅੱਜ ਪੂਰਾ ਵਲੌਗ ਬਣਾਉਣੇ ਨੇ ਅਤੇ ਜਿੱਥੇ ਹੁਣ ਆਪਾਂ ਜਾਣਾ ਭਰਾ ਦਾ ਨੇਚਰ ਜਿਹੜਾ ਹੈਗਾ ਇੱਕ ਨੰਬਰ ਆ ਅਤੇ ਭਰਾ ਨੂੰ ਵਧਾਈ ਆ ਪਹਿਲਾਂ ਹੀ ਐਡਵਾਂਸ ਵਧਾਈ ਆ ਦੇਣੇ ਭਰਾ ਨੂੰ ਵਧਾਈ ਆ ਕਿ ਜਿਹੜਾ ਸਲੂਨ ਦਾ ਕੰਮ ਉਹਨੇ ਸਟਾਰਟ ਕੀਤਾ ਅਤੇ ਬਾਕੀ ਉੱਥੇ ਚੱਲਦੇ ਆ ਮਿਲਦੇ ਆ ਫਿਰ ਤੁਹਾਨੂੰ ਦਿਖਾਲਦੇ ਆ ਭਾਅ ਜੀ ਨਾਲ ਸਲੂਨ ਕਿੱਥੇ ਆ ਕੀ ਆ ਕੀ ਹਿਸਾਬ ਕਿਤਾਬ ਆ ਅੱਗੇ ਪੂਰਾ ਏ ਟੂ ਜੈਡ ਡਿਟੇਲ ਦੇਵਾਂਗੇ ਅਤੇ ਹੁਣ ਆਪਾਂ ਰੋਟੀ ਪਾਣੀ ਖਾ ਕੇ ਨਿਕਲਦੇ ਆ ਮੈਂ ਲੇਟ ਹੋ ਗਿਆ ਬਹੁਤ ਜ਼ਿਆਦਾ ਠੀਕ ਹੈ ਬਾਕੀ ਮਿਲਦੇ ਆ ਤੁਹਾਨੂੰ ਉੱਥੇ ਪਹੁੰਚ ਕੇ ਆਪਾਂ ਅਰਜੁਨ ਘਰ ਆ ਚੁੱਕੇ ਅਰਜੁਨ ਸੀਗਾ ਹੈਪੀ ਬਰਥਡੇ ਕੱਲ੍ਹ ਤਾਂ ਜਦੋਂ ਆਪਾਂ ਮਿਸ਼ ਨਹੀਂ ਕਰੋ ਹੀ ਫੋਨ ਦੇ ਵਿੱਚ ਆਪਾਂ ਦੇਤੀ ਸੀਗੀ ਹੁਣ ਆਪਾਂ ਹੈਪੀ ਬਰਥਡੇ ਕਹਿ ਦਿੰਦੇ ਹਾਂ ਤੁਸੀਂ ਵੀ ਕਮੈਂਟ ਵਿੱਚ ਇਹਨੂੰ ਹੈਪੀ ਬਰਥਡੇ ਜ਼ਰੂਰ ਕਹਿ ਦਿਓ ਤਾਂ ਕਿ ਇਹਦਾ ਗੁੱਸਾ ਥੋੜ੍ਹਾ ਸ਼ਾਂਤ ਹੋ ਜਾਵੇ ਖੁੱਲ੍ਹਾ ਹੀ ਆ ਓਕੇ ਖੁੱਲ੍ਹਾ ਹੀ ਹੈਗੇ ਦਰਬਾਰ ਕਹਿੰਦੇ ਖੁੱਲ੍ਹੇ ਹੀ ਹੁੰਦੇ ਇੱਥੇ ਅਤੇ ਅਰਜੁਨ ਦਾ ਹੈਪੀ ਬਰਥਡੇ ਕਰਦਾ ਇੱਧਰ ਆ ਕੇ ਮੈਂ ਗੋਰਾ ਹੋ ਗਿਆ ਬਾਹਰ ਮੈਂ ਕਾਲਾ ਆ ਰਿਹਾ ਸੀਗਾ ਅਤੇ ਅਰਜੁਨ ਨੇ ਅਜੇ ਕੱਪੜੇ ਨਹੀਂ ਪਾਏ ਮੈਨੂੰ ਲੱਗਦਾ ਸੋ ਓ ਯਾਰ ਲਾਈਟ ਲਾਈਟ ਉੱਤੇ ਗੱਲ ਕਰੋ ਮੈਂ ਵਲੌਗਿੰਗ ਕਰਨੀ ਹੁੰਦੀ ਆ ਚਲੋ ਚਲੋ ਅਤੇ ਅਰਜੁਨ ਆ ਚੁੱਕਿਆ ਆ ਭਰਾ ਨੂੰ ਪਹਿਲਾਂ ਜਨਮ ਲੈਂਦੀ ਆ ਬਹੁਤ ਵਧਾਈਆ ਕੱਲ੍ਹ ਸੀਗਾ ਕੀ ਹਾਲ ਚਾਲ ਕਿੱਦਾਂ ਰਿਹਾ ਤੇਰਾ ਹੈਪੀ ਬਰਥਡੇ ਟੂ ਯੂ ਸਹੀ ਸੀਗਾ ਯਾਰ ਵਿਸ਼ ਨਹੀਂ ਕੀਤੀ ਮੇਰੇ ਕੋਲ ਹੀ ਹੋਈ ਹੈਪੀ ਬਰਥਡੇ ਵੀ ਕਮੈਂਟਾਂ ਵੀ ਜੇ ਹੁਣ ਤੈਨੂੰ ਹੈਪੀ ਬਰਥਡੇ ਹੋ ਜਾਣੀ ਆ ਅਤੇ ਸਲੂਨ ਦੀ ਓਪਨਿੰਗ ਆ ਸਾਡੇ ਭਰਾ ਦੀ ਕਰਨਵ ਦੀ ਸਾਨੂੰ ਲਾਸਟ ਵਲੌਗ ਦੇ ਵਿੱਚ ਸੀਗਾ ਦੇਖਣ ਨੂੰ ਮਿਲਿਆ ਤੇ ਇਸ ਭਰਾ ਦੀ ਓਪਨਿੰਗ ਆ ਅਤੇ ਯਾਰ ਉਹ ਵੀ ਮੈਨੂੰ ਹੁਣੇ ਆਇਆ ਸੀਗਾ ਮੈਂ ਤੁਹਾਨੂੰ ਪੈਸੇ ਕਹਿੰਦਾ ਭਾਈ ਜਲਦੀ ਜਲਦੀ ਆ ਜਾਓ ਬੰਦੇ ਭੋਖ ਰਹੇ ਆ ਯਾਰ ਤੁਹਾਡਾ ਵਲੌਗ ਬਣਾਵਾਂਗੇ ਆਪਾਂ ਲੈਟਸ ਗੋ ਬੇਬੀ ਇੱਧਰ ਬਸ ਲੈਟ ਜਗਾਏ ਗਏ ਤੁਹਾਨੂੰ ਪਤਾ ਨਹੀਂ ਹੈਗਾ ਵਲੌਗ ਆ ਗਏ ਆ ਹਾਂ ਪੱਖਾ ਵੀ ਨਾਲੇ ਚਲੋ ਤੋ ਅਰਜੁਨ ਬੂਟ ਵਗੈਰਾ ਪਾ ਲਓ ਆਪ ਹੁਣ ਚੱਲਦੇ ਆ ਬਿਨਾਂ ਟਾਈਮ ਵੇਸਟ ਕੀਤੇ ਭਰਾ ਦੇ ਸਲੂਨ ਦੇ ਉੱਤੇ ਤੇ ਤੁਹਾਨੂੰ ਦਿਖਾਲਦੇ ਭਰਾ ਦਾ ਸਲੂਨ ਮੇਰੀ ਭਾਈ ਆ ਕਿਸੇ ਨੇ ਸ਼ਗਨ ਭੇਜਣਾ ਮੁੰਡੇ ਨੂੰ ਇੱਥੇ ਭੇਜ ਸਕਦੇ ਆ ਖੁਸ਼ੀ ਦਾ ਮਾਹੌਲ ਬਣਿਆ ਪਿਆ ਮਹਾਰਾਜ ਹਨੂੰਮਾਨ ਜੀ ਮੋਤੀ ਦਾ ਲੱਡੂ ਖਾਂਦੇ ਵਿਕੇ ਆ ਜਾਣ ਮੋਦਕ ਮੋਮੋਸ ਹੁੰਦੇ ਨਾ ਕੈਮਰਾ ਦੇਖਿਆ ਨੀ ਉਂਗਲਾਂ ਲਾਉਣ ਲੱਗ ਪੈਂਦੇ ਆ ਪਰ ਸਾਡੇ ਵਰਗਾ ਹੈ ਹੀ ਨਹੀਂ ਕੋਈ ਮਾਈਨਸ ਹੋ ਗਿਆ ਯੋ ਯੋ ਵਾਲਾ ਸੀ ਆਪਾਂ ਕੰਮ ਸ਼ੁਰੂ ਕਰ ਦਿੱਤਾ ਆ
ਕਰਦਾ ਕੰਮ ਹੋਈ ਹੋ ਗਿਆ ਕਰਦਾ ਕੰਮ ਹੋਇਆ ਹੋਇਆ ਪਰ ਕਿਦਾਂ ਲੱਗਦਾ ਪਿਆ ਦਿਲ ਗਾਰਡਨ ਗਾਰਡਨ ਹੋ ਰਿਹਾ ਯਾਰ ਮੈਂ ਤੁਹਾਨੂੰ ਕੀਤਾ ਉਹ ਹੱਸ ਪਿਆ ਉੱਤੇ ਨੂੰ ਧੋਣ ਚੱਕ ਲਿਆ ਸਾਡਾ ਇੱਦਾਂ ਬਹੁਤ ਵਧੀਆ ਕੰਮ ਕਰਦਾ ਪਿਆ ਤੇਰਾ ਹੀ ਕਰਨਾ ਸੀ ਯਾਰ ਮੈਂ ਸਾਨੂੰ ਜਾਣਾ ਪੈ ਗਿਆ ਅੱਜ ਨਾ ਥੋੜਾ ਪੰਗਾ ਪੁੰਗਾ ਪੈ ਗਿਆ ਸੀ ਇਸ ਕਰਕੇ ਆਪਾਂ ਨੂੰ ਉੱਧਰ ਜਾਣਾ ਪਿਆ ਤੇ ਕਾਫੀ ਲੇਟ ਹੋ ਗਿਆ ਹੁਣ ਦੇ ਜਿਹੜੇ ਆਏ ਸੀਗੇ ਉਹ ਵੀ ਚੱਲ ਗਏ ਆ ਇੰਜੋਏ ਕਰਦੇ ਪਏ ਆ ਤੇ ਬਾਅਦ ਚੁਗਲਾ ਬੈਠਾ ਵਾ ਹੇਅਰ ਕੱਟ ਕਰਾਉਣ ਵਾਸਤੇ ਆਪਾਂ ਕਰ ਲਵਾਂਗੇ ਰਾਤ ਨੂੰ ਕੋਈ ਤਾਂ ਸੱਜੀ ਕੋਲ ਤਾਂ ਆਪਣੇ ਹੇਅਰ ਕੱਟ ਕਰਾਉਣ ਤੋਂ ਸਾਡੇ ਕੋਲ ਟਾਈਮ ਵੀ ਥੋੜਾ ਆ ਟਾਈਮ ਤਾਂ ਬਹੁਤ ਆਪਣੇ ਤੋਂ ਨਹੀਂ ਤੂੰ ਕਰ ਕਰਨਾ ਅੱਛਾ ਭਾਈ ਇੱਧਰ ਵੀ ਆਪਾਂ ਵੀ ਅੱਗੇ ਵਜੇ ਅੱਛਾ ਭਾਜੀ ਹੁਣੀ ਸਮੋਸੇ ਖਾਂਦੇ ਹੋਏ ਕਹਿੰਦੇ ਵਲੌਗ ਨਾ ਸਾਡਾ ਭਾਈ ਸਮੋਸਾ ਕਿਦਾਂ ਲੱਗਦਾ ਬਾਕੀ A1 ਕੁਆਲਿਟੀ ਦਾ ਭਾਜੀ ਹੇਅਰ ਕੱਟ ਕਰਦੇ ਆ A1 ਕੁਆਲਿਟੀ ਹੇਅਰ ਕੱਟ ਮਿਲੂਗਾ ਐਕਸਪੀਰੀਅੰਸ ਕਨਮ ਦਾ ਹੀ ਸਿੱਖਿਆ ਗਿਆ ਇਹਨਾਂ ਨੇ ਇਕੱਠਿਆਂ ਨੇ ਇੱਕ ਜਗ੍ਹਾ ਤੇ ਸਿੱਖਿਆ ਮੈਟ੍ਰਿਕਸ ਵਾਲਿਆਂ ਨੇ ਇਹ ਪਲਾਨ ਨੰਬਰ ਇੱਕ ਬਲੌਗ ਜੀ ਆ ਫਿਰ ਬਹੁਤ ਸਾਥ ਦਿੰਦਾ ਵਾ ਥੋੜਾ ਜਿਹਾ ਹੋਰ ਭਾਈ ਕੀ ਹਾਲ ਚਾਲ ਤੁਹਾਡਾ ਬਹੁਤ ਵਧੀਆ ਤੁਸੀਂ ਚੈਨਲ ਵਾਲੇ ਬੰਦੇ ਕਿਦਾਂ ਕਹਿਮ ਆ ਸਾਰੇ ਲੈ ਫੇ ਦਾ ਮੁਬਾਰਕ ਆ ਤੁਹਾਨੂੰ ਵੀ ਤੇ ਤੁਹਾਡੇ ਸਬਸਕ੍ਰਾਈਬਰ ਨੂੰ ਹੋਰ ਸੁਣਾ ਇੱਕ ਵੱਜ ਗਿਆ ਉਹਦੀ 1 ਵੱਜ ਗਿਆ 4 ਮਿੰਟ ਹੋ ਗਿਆ ਤੇ 1:30 ਵਜੇ ਆਪਾਂ ਇੱਥੋਂ ਨਿਕਲਾਂ ਆਪਣੀ ਜੋਬ ਵਾਸਤੇ ਬਾਕੀ ਚਲੋ ਥੋੜਾ ਬਹੁਤ ਫੰਕਸ਼ਨ ਕਰਦੇ ਆ ਤੇ ਆਪਣੀ ਬਾਈਕ ਦਾ ਵੀ ਇੱਕ ਅੱਧਾ ਕੰਮ ਕਰਵਾਉਣਾ ਆ ਜੋ ਬਾਹਰ ਖੜੀ ਆ ਉਹਦਾ ਨਾਮ ਲਿਖਵਾਉਣਾ ਆ ਆਪਣੇ ਚੀਜ਼ ਦਾ ਨਹੀਂ ਅਜੇ ਦੱਸਾਂਗੇ ਬਾਈਕ ਦਾ ਕੰਮ ਕਰਵਾਉਣਾ ਆ ਉਹ ਤੁਹਾਨੂੰ ਬਲੌਗ ਦੇ ਲਾਸਟ ਵਿੱਚ ਦੱਸਾਂਗੇ ਕਨਮ ਭਰਾ ਦਾ ਕੰਮ ਸਾਰਿਆਂ ਨੂੰ ਪਸੰਦ ਆ ਰਿਹਾ ਦੇਖ ਲਓ ਪੂਰੀ ਲਾਈਨ ਹੀ ਬੈਠੀ ਹੋ ਕਿੰਨੇ ਆਪਾਂ ਬਾਈ ਸਾਰਿਆਂ ਨੇ ਹੇਅਰ ਕੱਟ ਕਰਾਉਣਾ ਆ ਕੰਮ ਯਾ ਓਕੇ ਰੋਗਾ ਆਪਣੇ ਭਰਾ ਦਾ ਤੇ ਬਾਕੀ ਜਿਹੜਾ ਯਾਰ ਮੇਰਾ ਵੀਰ ਹਰਿਆਣੇ ਤੋਂ ਸਾਡਾ ਬਲੌਗ ਦੇਖਦਾ ਪਿਆ ਨਾ ਉਹ ਭਰਾ ਦੀ ਦੁਕਾਨ ਤੇ ਜਿਹੜੇ ਕੱਲ ਤੁਹਾਡੇ ਭਰਾ ਦੇ ਵਾਲ ਕੱਟੇ ਆ ਦੋ ਵਾਰੀ ਬਾਕੀ ਅੱਜ ਦਾ ਜਿਹੜਾ ਹੈਗਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਬਾਕੀ ਕਰਨ ਭਰਾ ਨੇ ਦੁਕਾਨ ਓਪਨ ਕਰ ਲਈ ਹੈ ਤੇ ਭਾਜੀ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਵਧਾਈ ਆ ਤੇ ਬਾਕੀ ਆ ਜਿਹੜਾ ਐਡਰੈਸ ਹੈਗਾ ਉਹ ਤੁਹਾਨੂੰ ਦੱਸ ਦਿੰਦੇ ਆ ਜਿਹੜੇ ਵੀਰ ਆਪਣਾ ਹਰਿਆਣੇ ਤੋਂ ਆ ਜੇ ਲਾਗੇ ਛਾਗੇ ਦੇ ਪਿੰਡ ਤੋਂ ਆ ਉਹ ਜ਼ਰੂਰ ਇੱਕ ਵਾਰ ਇੱਥੇ ਵਿਜ਼ਿਟ ਕਰਨ ਅਤੇ ਐਡਰੈਸ ਇਹਨਾਂ ਦਾ ਹੈਗਾ ਆ ਮੁਹੱਲਾ ਰਾਮਗੜੀਆ ਸਿੰਘ ਸਭਾ ਗੁਰਦੁਆਰਾ ਅਤੇ ਨੀਅਰ ਹੈਗਾ ਸਰਕਾਰੀ ਸਕੂਲ ਐਲੀਮੈਂਟਰੀ ਜਿਹੜਾ ਹੈਗਾ
ਤੇ ਭਾਜੀ ਇਹ ਦੁਕਾਨ ਦਾ ਨਾਮ ਕੀ ਆ ਅਰਬਨ ਮੈਨਸ ਸਲੂਨ ਹਨਾ ਅਰਬਨ ਮੈਨ ਸਲੂਨ ਭਾਜੀ ਦੀ ਦੁਕਾਨ ਦਾ ਨਾਮ ਆ ਤੇ ਬਾਕੀ ਕੰਟਰੈਕਟ ਨੰਬਰ ਜਿਹੜਾ ਹੈਗਾ ਇਹਦਾ ਨੰਬਰ ਹੈਗਾ ਆ ਆਪਾਂ ਤੁਹਾਡੇ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗੇ ਐਡਰੈਸ ਪੂਰਾ ਪਾ ਦਿਆਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਖਾਣਾ ਕੀ ਆ ਬਲੌਗ ਵਧੀਆ ਲੱਗ ਰਿਹਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਬਾਕੀ ਤੁਹਾਨੂੰ ਮਿਲਦੇ ਹਾਂ ਛੇਤੀ ਆਪਾਂ ਨੈਕਸਟ ਬਲੌਗ ਦੇ ਵਿੱਚ ਹੱਥ ਕਿੱਦਾਂ ਲੱਗ ਗਿਆ ਇਦਾਂ